ਬੱਲਾ ਨਗਰ ਤੋਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਵੋਟਾਂ ਵੋਟਿੰਗ ਕਰਨ ਆਈਆਂ ਮਾਤਾਵਾਂ ਭੈਣਾਂ ਸਾਡੇ ਨਾਲ ਮੌਜੂਦ ਨੇ। ਤੁਹਾਨੂੰ ਦੱਸ ਚੁੱਕੇ ਹਾਂ ਵੀ 11 ਵਾਰਡਾਂ ਦੇ ਵਿੱਚ 4 ਵਾਰਡਾਂ ਦੇ ਵਿੱਚ ਸਰਬਸੰਮਤੀ ਹੋ ਚੁੱਕੀ ਹੈ ਤੇ 7 ਵਾਰਡਾਂ ਦੇ ਵਿੱਚ ਪੰਚਾਇਤੀ ਜਿਹੜੀ ਮੈਂਬਰਾਂ ਦੀ ਇਲੈਕਸ਼ਨ ਹੋ ਰਹੀ ਆ ਤੇ ਸਰਪੰਚੀ ਦੀ ਇਲੈਕਸ਼ਨ ਪੋਸਟਪੋਨ ਹੋ ਗਈ ਆ। ਮਤਲਬ ਕੀ ਮੰਨਦੇ ਹੋ ਵੀ ਸਰਪੰਚੀ ਦੀ ਇਲੈਕਸ਼ਨ ਕਾਹ ਤੋਂ ਰੁਕ ਗਈ ਆ? पहली बार हो रहा है कि असी एक राज सरकार वालों पहल कर रहे हैं कि एंटी ड्रग हेल्पलाइन जी वट्सएप चैट चैटबॉट जो उसका उद्घाटन किया गया कि कोई भी बंदा उस नंबर पर इनफॉरमेशन जिवें लिखा होया थोड़े सामने दे सकता है जां इनफॉरमेशन लै सकता है। उसका नाम गुप्त रखा जाऊ जे किसी ने कोई कोई इनफॉरमेशन देनी है कि इत्थे नशा बिक रहा जां इत्थे साडे इस तरह दी दिक्कत आ रही ने। मुख्यमंत्री भगवंत सिंह मान की अगुवाई वाली पंजाब सरकार ने सूबे चो नशे दे खात्मे लई निवेकली पहल कीती है, जिस दे चलदियां एंटी नारकोटिक्स टास्क फोर्स दा गठन कीता गया। ए फोर्स देश दी पहली अजिही फोर्स है जो सिर्फ नशे दी रोकथाम लई काम करेगी। अत आधुनिक सहूलतां दे नाल लैस ए फोर्स नशा तस्करां ते तिखी नजर भी रखेगी। इन्हें नशे की रोकथाम ने एक वट्सएप नंबर 9779100200 भी जारी किया गया, जिस ते जानकारी देने वाले का नाम भी गुप्त रखा जाएगा। मुख्यमंत्री भगवंत सिंह मान का सुपना नशा मुक्त होवे सूबा अपना। ਕੀ ਨੇ ਕਰਤੀ ਕਾ ਤੂੰ? ਇਹ ਨਹੀਂ ਪਤਾ, ਵਿਰੋਧੀ ਪਾਰਟੀ ਨੇ। ਵਿਰੋਧੀ ਪਾਰਟੀ? ਵਿਰੋਧੀ ਪਾਰਟੀ ਕਿਹੜੀ ਆ? ਜਿਹੜਾ ਹੈਗੇ ਨੇ ਭਗਵੰਤ ਮਾਨ ਵਾਲੇ। ਭਗਵੰਤ ਮਾਨ ਵਾਲੇ ਕੀ ਮੰਨਦੇ ਹੋ ਜੀ, ਕਾਹ ਤੋਂ ਰੱਦ ਹੋਈ ਆ ਇਲੈਕਸ਼ਨ? ਹਾਰਦੇ ਸੀਗੇ ਤਾਂ ਕਰਕੇ ਹੋਈ। ਕੌਣ ਹਾਰਦੇ ਸੀ? ਇਹ ਵਿਰੋਧੀ ਪਾਰਟੀ ਵਾਲੇ, ਝਾੜੂ ਵਾਲੇ। ਕੀ ਕਹੋਗੇ ਜੀ, ਕਾਹ ਤੋਂ ਰੱਦ ਹੋਈ ਇਲੈਕਸ਼ਨ? ਬਸ ਪੁੱਤ ਰੌਲਾ ਰੱਪਾ ਬਾਹਲਾ ਜ਼ਿਆਦਾ ਪੈ ਗਿਆ, ਨਹੀਂ ਫੇਰ ਦੂਜੇ ਨੂੰ ਵੰਡ ਦਿੰਦੀ ਉਹ ਪਾਰਟੀ। इस वक्त साडे नाल मौजूद ने अकाली दल दे लीडर साबका चेयरमैन चंद सिंह डल्ला जी, सरपंची दे इलैक्शन दे उम्मीदवार भी सीगे ते आपां जानकारी लैने आ चंद सिंह डल्ला साहब तों। डल्ला साहब, किस कारण जिहड़ी आ सरपंची दी इलैक्शन आ जिहड़ी ओह रद्द होई आ, पंचायत मैंबरां दी इलैक्शन हो रही आ? ਜਿਹਦੀ ਗੱਲ ਇਹ ਆ ਵੀ ਸਾਡੇ ਪਿੰਡ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨਾਂ ਹੋ ਰਹੀਆਂ। ਅੱਜ ਇਲੈਕਸ਼ਨਾਂ ਸੀਗੀਆਂ ਜਿੱਥੇ ਪਹਿਲਾਂ ਇਹਨਾਂ ਨੇ ਬਹੁਤ ਧੱਕਾ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ, ਉੱਥੇ ਮੇਰੇ ਪਿੰਡ ਦੇ ਬਹੁਤ ਦਿਨਾਂ ਤੋਂ ਅੱਖ ਸੀ, ਇਹਨਾਂ ਨੇ ਬੜੇ ਦੋਸ਼ ਲਾਏ ਅਤੇ ਅਸੀਂ ਹਰ ਦੋਸ਼ ਦਾ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਅਤੇ ਮੈਨੂੰ ਸਾਰੀਆਂ NOC ਮਿਲ ਗਈਆਂ ਜਿਹੜੀਆਂ ਵੀ ਇਹਨਾਂ ਨੇ ਮੇਰੇ 'ਤੇ ਐਲੀਗੇਸ਼ਨ ਲਾਏ, ਉਹਨਾਂ ਦਾ ਵੀ ਜਵਾਬ ਬੜੇ ਵਧੀਆ ਢੰਗ ਨਾਲ ਅਸੀਂ ਦਿੱਤਾ ਅਤੇ ਸਾਡੇ ਹੱਕ ਦੇ ਵਿੱਚ ਸਾਰੇ ਅਫਸਰਾਂ ਨੇ ਲਿਖ ਕੇ ਦਿੱਤਾ ਅਤੇ RO ਨੇ ਸਾਨੂੰ ਫਿਰ ਚੋਣ ਨਿਸ਼ਾਨ ਆ ਜਿਹੜਾ ਅਲਾਟ ਕੀਤਾ। ਅਲਾਟ ਕਰਨ ਤੋਂ ਬਾਅਦ ਸਾਡੀ ਜਿਹੜੀ ਇਲੈਕਸ਼ਨ ਦਾ ਪ੍ਰੋਸੈਸ ਹੈ ਬਿਲਕੁਲ ਪੂਰਾ ਹੋ ਗਿਆ। ਪਰ ਤੁਸੀਂ ਹੈਰਾਨ ਰਹੋਗੇ, ਜਿਹੜੇ ਸਾਡੇ ਵਿਰੋਧੀ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਡੀ MLA, ਉਹ ਇੰਨੇ ਘਬਰਾ ਕੇ ਉਹਨਾਂ ਨੇ ਅਹੁਦੇ ਤੋਂ ਲੈ ਕੇ ਮੇਰੇ ਕਾਗਜ਼ ਰੱਦ ਕਰਾਉਣ ਲਈ ਕੋਈ ਕਸਰ ਨਹੀਂ ਛੱਡੀ। ਪਰ ਮੇਰੇ ਕਾਗਜ਼ਾਂ 'ਚ ਕੋਈ ਕਮੀ ਨਾ ਹੋਣ ਕਾਰਨ ਰੱਦ ਤਾਂ ਨਹੀਂ ਹੋ ਸਕੇ, ਪਰ ਉਹਨਾਂ ਨੇ ਸਰਕਾਰ ਦਾ ਪ੍ਰੈਸ਼ਰ ਕਰਕੇ ਜਿਹੜੀ ਇਲੈਕਸ਼ਨ ਸੀ ਰਾਤ ਉਹ ਪੋਸਟਪੋਨ ਕਰਾਤੀ ਅਤੇ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਹਜੇ ਜੀ ਪੜਤਾਲ ਚੱਲ ਰਹੀ ਆ। ਮੈਂ ਹੈਰਾਨ ਹਾਂ ਕਿ ਜਦੋਂ RO ਨੂੰ BDO ਨੇ SDM ਨੇ ਜਿੰਨੇ ਵੀ NOC ਮੈਨੂੰ ਦਿੱਤੇ ਆ, ਜਦੋਂ ਉਹ ਮੇਰੇ ਹੱਕ 'ਚ ਲਿਖ ਕੇ ਦੇ ਤੇ ਮੇਰੇ ਕਾਗਜ਼ ਸਹੀ ਪਾਏ ਗਏ ਅਤੇ ਹੁਣ ਕਿਹੜੇ ਬਿਹੇਵ 'ਤੇ ਉਹ ਮੇਰੇ ਖਿਲਾਫ਼ ਲਿਖ ਕੇ ਦੇਣਗੇ। ਮੈਂ ਇਸ ਗੱਲ ਦੀ ਅੱਜ ਸਾਡੇ ਮੈਂਬਰਾਂ ਦੀ ਜਿਹੜੀ ਚੋਣ 'ਚ ਉਹ ਕਰ ਰਿਹਾ ਵਾਂ। ਕੱਲ੍ਹ ਨੂੰ ਅਸੀਂ ਅਫਸਰ ਸਾਹਿਬਾਨਾਂ ਨੂੰ ਮਿਲਾਂਗੇ, ਕਲੇਰ ਸਾਹਿਬ ਨਾਲ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲ ਹੋਈ ਆ। ਜੇਕਰ ਕੱਲ੍ਹ ਨੂੰ ਸਾਨੂੰ DC ਸਾਹਿਬ ਨੇ ਇਨਸਾਫ਼ ਨਾ ਦਿੱਤਾ ਤਾਂ ਅਸੀਂ ਫਿਰ ਹਾਈ ਕੋਰਟ ਜਾਵਾਂਗੇ। ਮੈਂ ਫਿਰ ਪੁੱਛੂੰਗਾ ਹਾਈ ਕੋਰਟ ਜਾ ਕੇ ਕਿ ਜੇ ਮੇਰੇ ਕਾਗਜ਼ ਪਹਿਲਾਂ ਠੀਕ ਪਾਏ ਗਏ ਤਾਂ ਰੱਦ ਕਿਵੇਂ ਹੋ ਗਏ? ਸੋ ਜਿਹੜੀਆਂ ਮੇਰੇ 'ਤੇ ਇਨਕੁਆਇਰੀਆਂ ਲਾਈਆਂ ਗਈਆਂ ਉਹਨਾਂ ਦੇ ਮੇਰੇ ਕੋਲ ਸਾਰੇ ਐਫੀਡੈਫਟ ਆ। ਜਿਹੜੇ ਬੰਦੇ ਨੇ ਕਿਹਾ ਕਿ ਮੇਰੇ ਤੋਂ ਪੈਸੇ ਲਏ ਗਏ ਆ, ਉਹ ਵੀ ਮੇਰੇ ਕੋਲ ਉਹਦਾ ਐਫੀਡੈਫਟ ਦਿੱਤਾ ਹੋਇਆ ਤਹਿਸੀਲਦਾਰ ਦਾ ਕਿ ਸਾਡੀ ਕੋਈ ਆਪਸ 'ਚ ਲੈਣ ਦੇਣ ਨਹੀਂ, ਪੰਚਾਇਤ ਨਾਲ ਕੋਈ ਗੱਲ ਨਹੀਂ ਹੋਈ। ਪਰ ਮੈਂ ਆਉਣ ਵਾਲੇ ਸਮੇਂ 'ਚ ਸਾਰੇ ਸਬੂਤ ਪਹਿਲਾਂ ਵੀ ਪੇਸ਼ ਕੀਤੇ, ਹੁਣ ਵੀ ਪੇਸ਼ ਕਰੂੰਗਾ, ਕਿਉਂਕਿ ਜਿਹੜੀ ਹਾਰ ਤੋਂ ਬਖਲਾ ਕੇ ਇਹ ਹਾਰ ਰਹੇ ਸੀ ਬੁਰੀ ਤਰ੍ਹਾਂ, ਉਹ ਹਾਰ ਨੂੰ ਦੇਖ ਕੇ ਇਹਨਾਂ ਨੇ ਜਿਹੜੀ ਇਲੈਕਸ਼ਨ ਆ ਪੋਸਟਪੋਨ ਕਰਾਈ ਆ ਅਤੇ ਉਹਦਾ ਜਿਹੜਾ ਰਿਜ਼ਲਟ ਅੱਜ ਮੈਂਬਰਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਆ ਜਾਣਾ, ਜਿਹੜੇ 7 ਮੈਂਬਰਾਂ ਦੀ ਚੋਣ ਹੋ ਰਹੀ ਆ ਉਹਦੇ ਰਿਜ਼ਲਟ ਵੀ ਗੁਰੂ ਮਹਾਰਾਜ ਕਿਰਪਾ ਨਾਲ ਸਾਹਮਣੇ ਆ ਹੀ ਜਾਣੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਊਗੀ ਸਰਪੰਚੀ ਦੀ ਅਤੇ ਉਦੋਂ ਵੀ ਤੁਹਾਡੇ ਸਾਹਮਣੇ ਜਿਹੜਾ ਪਿੰਡ ਦਾ ਨਿਬੇੜਾ ਵਾ ਉਹ ਹੋ ਜਾਊਗਾ, ਕਿਉਂਕਿ
मैनू आप दे ते माण आ, कम्मां ते माण आ, ते मैनू पिंड दे लोकां ते माण आ कि मैं हमेशा लोकां दी सेवा दे विच समर्पित रहा। जदों तो लैके मैं इस काम दे विच आया तकरीबन 25 साल तो लैके मैं हर परिवार दे विच दुख दे सुख दे गया, ते उहदा करके लोक अज मेरे नाल आ, ते उह लोकां दे रोह देख के लोकां दे सहयोग नूं देख के ये भज गया रात इस गल तो चोण तो सने साडी MLA ते सने साडे पिंड वाले। सो आने वाले समय के सारिया गलों का खुलासा करांगे, बड़े खुलासे करूँगा। तुसी हैरान रहोगे इलाके गल्लां सुन के कि एडिया बड़िया गल्लां एडे बड़े क्रिमिनल लोग जिहड़े मैनू इस गल तो पासे करना चाहुंदे आ, वह मैं सारा खोल खुलासा करूँगा आने वाले दिनों। धन्यवाद। ਦੈਨਿਕ ਸਵੇਰਾ ਅਤੇ ਫੋਕਸਵੈਗਨ 18, 19 ਅਤੇ 20 ਅਕਤੂਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤੁਹਾਡੇ ਲਈ ਲੈ ਆਏ ਨੇ ਆਟੋ ਐਕਸਪੋ 2024, ਜਿਸ ਵਿੱਚ ਤੁਹਾਨੂੰ ਮਿਲਣਗੀਆਂ ਲਗਜ਼ਰੀ ਕਾਰਾਂ, ਬਾਈਕਸ, ਕਿਡ ਜ਼ੋਨ, ਆਕਰਸ਼ਕ ਤੋਹਫੇ, ਫੂਡ ਕੋਰਟ, ਲਾਈਵ ਪਰਫਾਰਮੈਂਸਿਸ, फ्री मेहंदी ते नेल आर्ट हुई दोपहर 12 तो 8 बजे तक। पहुंचो जरूर ऑटो एक्सपो 2024। एसोसिएट स्पॉन्सर अडानी गैस, एंटरटेनमेंट पार्टनर मिर्ची एंड गाना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।